College, Madam Raminder Jeet ji, dear colleagues and my dear students. ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਵਾਕਈ ਹੀ ਬਹੁਤ ਹੀ ਪਿਆਰਾ ਗੀਤ ਸਾਡੇ ਮਿਊਜ਼ਿਕ ਵਿਭਾਗ ਦੇ ਵਿਦਿਆਰਥੀਆਂ ਨੇ ਗਾਇਆ ਕਿ ਇਹ ਸਾਨੂੰ ਉਹਨਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਲਾਉਂਦਾ ਹੈ ਜਿਨ੍ਹਾਂ ਦੇ ਦਿਲ ਵਿੱਚ ਇੱਕੋ ਹੀ ਲਗਨ ਸੀ ਕਿ ਦੇਸ਼ ਨੂੰ ਅਸੀਂ ਆਜ਼ਾਦ ਕਿੱਦਾਂ ਕਰਵਾਉਣਾ ਹੈ, ਜਿਨ੍ਹਾਂ ਦਾ ਇੱਕੋ ਹੀ ਸੁਪਨਾ ਸੀ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਭਾਰਤ ਵਿੱਚ ਆਜ਼ਾਦ ਫਿਜ਼ਾ ਦੇ ਵਿੱਚ ਆਪਣਾ ਸਾਹ ਲੈਣ। ਵਿਦਿਆਰਥੀਓ, ਆਜ਼ਾਦੀ ਦੇ ਦਿਵਸ ਦੇ ਉੱਤੇ ਅੱਜ ਅਸੀਂ ਸਾਰੇ ਉਹਨਾਂ ਸ਼ਹੀਦ ਭਗਤਾਂ ਨੂੰ, ਉਹਨਾਂ ਆਜ਼ਾਦੀ ਦੇ ਘੁਲਾਟੀਆਂ ਨੂੰ ਨਮਨ ਕਰਦੇ ਹਾਂ। ਉਹਨਾਂ ਦੇ ਲਈ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਜੇ ਉਹਨਾਂ ਦੇ ਦਿਲ ਵਿੱਚ ਇਹ ਲਗਨ ਨਾ ਹੁੰਦੀ ਤਾਂ ਅੱਜ ਦਾ ਸਬਬ ਕੁਛ ਅਲੱਗ ਹੀ ਹੁੰਦਾ। ਆਜ਼ਾਦੀ ਕਹਿਣ ਨੂੰ ਇੱਕ ਲਫਜ਼ ਹੈ, ਪਰ ਇਸਦੀ ਸਿਗਨੀਫਿਕੈਂਸ ਬਹੁਤ ਮਹਾਨ ਹੈ। ਆਜ਼ਾਦੀ ਇੱਕ ਜ਼ਿੰਮੇਵਾਰੀ ਹੈ, ਆਜ਼ਾਦੀ ਸਾਡੇ ਮੋਢਿਆਂ 'ਤੇ ਇੱਕ ਰਿਸਪੋਂਸੀਬਿਲਿਟੀ ਹੈ। ਉਹ ਵਾਲਾ ਆਜ਼ਾਦ ਭਾਰਤ ਸਾਕਾਰ ਰੂਪ ਦੇ ਵਿੱਚ ਬਣਾਉਣ ਦੀ, ਜਿਹਦਾ ਸੁਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ। ਵਿਦਿਆਰਥੀਓ, ਅੱਜ ਅਸੀਂ ਇਸ ਮੌਕੇ ਦੇ ਉੱਤੇ ਇਹ ਪ੍ਰਣ ਕਰੀਏ ਕਿ ਇਹ ਹੀ ਗੌਰਵਮਈ ਇਤਿਹਾਸ ਜੋ ਅਸੀਂ ਹਿਸਟਰੀ ਵਿੱਚ ਦੇਖਦੇ ਹਾਂ, ਇਤਿਹਾਸ ਵਿੱਚ ਦੇਖਦੇ ਹਾਂ, ਸਾਡੇ ਦੇਸ਼ ਦਾ ਫਿਊਚਰ ਵੀ ਉਹਨਾਂ ਹੀ ਗੌਰਵਮਈ ਹੋਏ। ਕਿਉਂਕਿ ਜਿਸ ਅਮੀਰ ਸੱਭਿਆਚਾਰਕ ਵਿਰਸੇ ਵੀ ਉਹਨਾਂ ਹੀ ਅਮੀਰ ਹੋਵੇ, ਇਹ ਸਾਡੇ ਸਭ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਹੈ। ਅਤੇ ਅੱਜ ਇਹ ਆਜ਼ਾਦੀ ਦੇ ਮੌਕੇ ਦੇ ਉੱਤੇ ਸਾਡੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਹਨ। ਉਹਨਾਂ ਚੁਣੌਤੀਆਂ ਦੇ ਉੱਤੇ ਅਸੀਂ ਪੂਰੇ ਰੂਪ ਵਿੱਚ ਉਤਰਨਾ ਹੈ, ਪੂਰਨ ਰੂਪ ਵਿੱਚ, ਇਹ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਅੱਜ ਪਰਿਆਵਰਨ ਦੀ ਬਹੁਤ ਵੱਡੀ ਚੁਣੌਤੀ ਹੈ। ਆਓ ਅੱਜ ਇਸ ਆਜ਼ਾਦੀ ਦਿਵਸ ਦੇ ਮੌਕੇ 'ਤੇ ਪ੍ਰਣ ਕਰੀਏ ਕਿ ਅਸੀਂ ਆਪਣੇ ਦੇਸ਼ ਦੇ ਪਰਿਆਵਰਨ ਨੂੰ ਬਚਾਉਣਾ ਹੈ, ਅਸੀਂ ਪਾਣੀ ਦੀ ਸਵੱਛਤਾ ਨੂੰ ਕਾਇਮ ਰੱਖਣਾ ਹੈ, ਅਸੀਂ ਜ਼ਿਆਦਾ ਰੁੱਖ ਲਗਾਉਣੇ ਹਨ, ਅਸੀਂ ਇਸ ਦੇਸ਼ ਨੂੰ ਪਲਾਸਟਿਕ ਫ੍ਰੀ ਬਣਾਉਣਾ ਹੈ, ਅਸੀਂ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡੇ ਦੇਸ਼ ਦਾ, ਉਹਦੇ ਵਿੱਚ ਆਉਣ ਵਾਲੀਆਂ ਸਾਡੀਆਂ ਜਿਨਸਾਂ ਸੌਖਾ ਸਾਹ ਲੈ ਸਕਣ, ਇਸ ਦੇਸ਼ ਦੇ ਵਿੱਚ ਹਰ ਕੋਈ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ, ਇਸ ਤਰ੍ਹਾਂ ਦਾ ਭਾਰਤ ਦਾ ਅਸੀਂ ਨਿਰਮਾਣ ਕਰਨ ਦਾ ਅੱਜ ਪ੍ਰਣ ਕਰਦੇ ਹਾਂ। ਅਤੇ ਮੈਂ ਬਹੁਤਾ ਸਮਾਂ ਨਹੀਂ ਲੈਂਦੀ ਕਿਉਂਕਿ ਅਸੀਂ ਤਹਿਸੀਲ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਹੋਣਾ ਹੈ। ਤੋ ਅਗੇਨ ਤੁਹਾਨੂੰ ਸਭ ਨੂੰ 78ਵੇਂ ਸੁਤੰਤਰਤਾ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਅਤੇ ਅੱਜ ਅਸੀਂ ਇਸ ਮੌਕੇ ਦੇ ਉੱਤੇ ਇਹ ਵੀ ਵਾਅਦਾ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਗੌਰਵਮਈ ਭਾਰਤ ਦਾ ਨਿਰਮਾਣ ਕਰਨ ਦੇ ਵਿੱਚ ਅਸੀਂ ਆਪਣਾ ਸਭ ਨੇ ਯੋਗਦਾਨ ਦੇਣਾ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ। ਵੰਸ ਅਗੇਨ ਹੈਪੀ ਇੰਡੀਪੈਂਡੈਂਸ ਡੇ। ਵਿਦਿਆਰਥੀਆਂ ਨੂੰ ਆਜ਼ਾਦੀ ਦੇ 78ਵੇਂ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਦੇ ਦਿਨ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਨਮਨ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ। ਹੁਣ ਕਿਉਂਕਿ ਸਾਡੇ ਕੋਲ ਸਮਾਂ ਅੱਜ ਬਹੁਤ ਸੀਮਿਤ ਹੈ, ਮੈਂ ਮਿਊਜ਼ਿਕ ਵਿਭਾਗ ਦੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਇੱਕ ਪੈਟਰੀਓਟਿਕ ਸੌਂਗ ਸਾਡੇ ਸਾਹਮਣੇ ਪੇਸ਼ ਕਰਨਗੇ ਮਿਊਜ਼ਿਕ ਵਿਭਾਗ ਦੇ ਵਿਦਿਆਰਥੀ। ਸਾਡੇ
ਕਿਹਾ ਕਿ ਦੋ ਗੱਲਾਂ ਦੀ ਵਿਸ਼ੇਸ਼ ਅੱਜ ਦੇ ਦਿਵਸ ਦੇ ਉੱਤੇ ਮਹੱਤਤਾ ਆ ਕਿ ਇੱਕ ਤਾਂ ਲੋੜ ਆ ਸਾਨੂੰ ਆਪਣੇ ਇਤਿਹਾਸ ਨੂੰ ਵਾਚਣ ਦੀ, ਉਹਦਾ ਵਿਵੇਚਨ ਕਰਨ ਦੀ, ਕਿ ਇੱਕ ਪਾਸੇ ਉਹ ਪ੍ਰਿਥਵੀਰਾਜ ਚੌਹਾਨ ਵਰਗੇ ਯੋਧੇ ਸੀਗੇ ਜਿਨ੍ਹਾਂ ਦੇ ਸਮੇਂ 'ਤੇ ਸਾਡੇ ਦੇਸ਼ ਦੀ ਸੰਸਕ੍ਰਿਤੀ ਦੀ ਇਤਿਹਾਸ ਦਾ ਇੱਕ ਅਲੱਗ ਗੌਰਵ ਸੀਗਾ, ਅਤੇ ਉਹਨਾਂ ਦੀ ਮੌਤ ਤੋਂ ਬਾਅਦ ਕਿਹੜੀਆਂ ਘਟਨਾਵਾਂ ਜ਼ਿੰਮੇਵਾਰ ਆ ਜਿਨ੍ਹਾਂ ਕਰਕੇ 600-700 ਵਰ੍ਹੇ ਸਾਨੂੰ ਗੁਲਾਮੀ ਦੇ ਵਿੱਚ ਗੁਜ਼ਾਰਨੇ ਪਏ। ਇੱਕ ਇਹ ਗੱਲਾਂ ਵੀ ਉਹਨਾਂ ਨੇ ਕਿਹਾ ਕਿ ਕੁਝ ਚੁਣੌਤੀਆਂ ਜਿਹੜੀਆਂ ਹਮੇਸ਼ਾ ਹੀ ਰਾਸ਼ਟਰ ਦੇ ਸਾਹਮਣੇ ਰਹਿੰਦੀਆਂ, ਉਹਨਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੀ ਲੋੜ ਆ, ਅਤੇ ਖਾਸ ਤੌਰ 'ਤੇ ਸਾਡਾ ਜਿਹੜਾ ਯੂਥ ਆ, ਨੌਜਵਾਨ ਵਰਗ ਆ, ਉਹਨੂੰ ਅੱਗੇ ਆ ਕੇ ਇਹਨਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਮੋਹਰੀ ਰੋਲ ਜਿਹੜਾ ਉਹ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੇ ਇਸ ਸਮਾਰੋਹ ਦੀ ਸਮਾਪਤੀ ਹੈ। ਆਪ ਸਭ ਦਾ, ਸਮੂਹ ਸਟਾਫ ਮੈਂਬਰਾਂ ਦਾ, ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਸੁਤੰਤਰਤਾ ਦਿਵਸ ਮੌਕੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲ ਸਟੇਡੀਅਮ ਟਾਂਡਾ ਵਿਖੇ ਸਬ ਡਿਵੀਜ਼ਨ ਪੱਧਰੀ ਸਮਾਗਮ ਕਰਵਾਇਆ ਗਿਆ, ਜਿੱਥੇ SDM ਵਿਓਮ ਭਾਰਦਵਾਜ ਦੇ ਵੱਲੋਂ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ ਸਮਾਜ ਸੇਵੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।